ਡਾਕਟਰ ਬਲਵੀਰ ਸਿੰਘ ਦਾ ਇਹ ਆਰੋਪ ਹੈ ਤੁਹਾਡੇ ਉੱਤੇ ਕਿ ਤੁਸੀਂ 800 ਕਰੋੜ ਦਾ ਇੱਕ ਹੋਸਪਿਟਲ ਬਣਾਉਣ ਜਾ ਰਹੇ ਹੋ ਪਟਿਆਲੇ ਦੇ ਅੰਦਰ, ਤੁਸੀਂ ਕੋਈ ਕੰਮ ਨਹੀਂ ਕਰੋਗੇ, ਉਹਨੂੰ ਕਹਦੇ ਦਿਖਾਵੇ ਕਿੱਥੇ 800 ਕਰੋੜ ਹੈਗਾ ਹੈ, ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ ਹੈਗਾ, ਸਗੋਂ ਆਪ ਮਿਨਿਸਟਰ ਬਣਾ ਰਹੇ ਪੈਸੇ, ਸਾਰੇ ਮਿਨਿਸਟਰ ਪੈਸੇ ਬਣਾ ਰਹੇ ਆ। ਡਾਕਟਰ ਬਲਵੀਰ ਸਿੰਘ ਦਾ ਇਹ ਆਰੋਪ ਹੈ ਤੁਹਾਡੇ ਉੱਤੇ ਕਿ ਤੁਸੀਂ 800 ਕਰੋੜ ਦਾ ਇੱਕ ਹੋਸਪਿਟਲ ਬਣਾਉਣ ਜਾ ਰਹੇ ਹੋ ਪਟਿਆਲੇ ਦੇ ਅੰਦਰ, ਤੁਸੀਂ ਕੋਈ ਕੰਮ ਨਹੀਂ ਕਰੋਗੇ, ਉਹਨੂੰ ਕਹਦੇ ਦਿਖਾਵੇ ਕਿੱਥੇ 800 ਕਰੋੜ ਹੈਗਾ ਹੈ, ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ ਹੈਗਾ, ਸਗੋਂ ਆਪ ਮਿਨਿਸਟਰ ਬਣਾ ਰਹੇ ਪੈਸੇ, ਸਾਰੇ ਮਿਨਿਸਟਰ ਪੈਸੇ ਬਣਾ ਰਹੇ ਆ। ਬਹੁਤ ਵਧੀਆ ਰਿਸਪੋਂਸ ਮਿਲਦਾ ਜੀ, ਲੋਕ ਬੜੇ ਉਤਸ਼ਾਹ 'ਚ ਨੇ, ਬੜੇ ਸ਼ੌਕ ਨਾਲ ਮਿਲ ਰਹੇ ਨੇ, ਔਰ ਲੋਕਾਂ ਨੂੰ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਪੂਰਾ ਗੁੱਸਾ ਹੈਗਾ ਹੈ, ਮੋਦੀ ਦਫਾ ਕਰਨ ਜਾ ਰਹੇ ਪੰਜਾਬ ਦੇ ਲੋਕ। ਤੁਸੀਂ ਦੇਖੋਗੇ ਕਿ ਪੰਜਾਬ 'ਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਆਉਂਦੀ, ਜੋ ਸ਼੍ਰੀਮਤੀ ਪਨੀਤ ਕੌਰ ਨੇ ਜੋ ਕਾਂਗਰਸ ਦੀ ਪਿੱਠ ਛੁਰਾ ਮਾਰ ਕੇ ਜੋ ਭਾਜਪਾ ਦਾ ਪੱਲਾ ਫੜਿਆ ਹੈਗਾ ਹੈ, ਉਹ ਵੀ ਬੁਰੀ ਤਰ੍ਹਾਂ ਚੌਥੇ ਨੰਬਰ 'ਤੇ ਰਹਿਣ ਜਾ ਰਹੀ ਹੈਗੀ ਹੈ। ਸਾਡਾ ਕਾਂਗਰਸ ਦਾ ਇਹਨਾਂ ਤਿੰਨਾਂ ਪਾਰਟੀਆਂ ਕੋਈ ਮੁਕਾਬਲਾ ਨਹੀਂ, 1 ਲੱਖ ਦੀ ਲੀਡ ਤਾਂ ਹੈਗੀ ਹੈ, ਇਹ ਸਾਰੀਆਂ ਦੂਜੀ ਤੀਜੀ ਚੌਥੀ ਪੋਜੀਸ਼ਨ ਵਾਸਤੇ ਲੜ ਰਹੀਆਂ। ਬਾਕੀ ਮੁੱਦਾ ਕੀ ਹੈ ਤੁਹਾਡਾ ਹਲਕੇ ਦੇ ਲਈ? ਮੁੱਦਾ ਇਹ ਹੈ ਕਿ ਤੱਕ ਘੱਗਰ ਹੱਲ ਕਰਨੀ ਹੈ, ਇੱਕ ਚੰਡੀਗੜ੍ਹ ਤੋਂ ਰਾਜਪੁਰੇ ਰੇਲ ਲਿੰਕ ਸਾਬਤ ਕਰਨਾ ਹੈਗਾ, ਇੱਕ ਪਟਿਆਲੇ ਵੱਡੀ ਇੰਡਸਟਰੀ ਲੈ ਕੇ ਆਉਣੀ ਹੈਗੀ ਹੈ, ਔਰ ਇੱਕ ਪਟਿਆਲਾ ਜਿਹੜਾ ਪਟਿਆਲੇ ਤੋਂ ਸਰਹੰਦ ਦੀ ਸੜਕ ਹੈਗੀ ਹੈ ਉਹ ਚੌ ਮਾਰਗੀ ਕਰਨੀ ਹੈ। ਜਿਹੜਾ ਪਟਿਆਲਾ ਜਾਖਲ ਲੈਣ ਸੀ, ਇਹ ਪਰਨੀਤ ਕੌਰ ਕਹਿੰਦੀ ਹੈ ਵੀ ਸੈਂਟਰ ਨੇ ਪਾਸ ਨਹੀਂ ਕੀਤੀ, ਮੈਂ ਸਰਵੇ ਕਰਾਏ, ਇਸ 'ਤੇ ਤੁਸੀਂ 5 ਸਾਲ ਰਹੇ ਹੋ, ਤੁਸੀਂ ਉਸ ਦੌਰਾਨ ਮੈਂ ਸਰਵੇ ਨਹੀਂ ਕਰਾਇਆ, ਇਹ ਕਿਉਂਕਿ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਪਨੀਤ ਕੌਰ ਨੇ ਕੋਈ ਇਸ ਬਾਰੇ ਕੋਈ ਕੰਮ ਨਹੀਂ ਸੀ ਕੀਤਾ ਹੋਇਆ। ਮੈਂ ਇਸ ਵਾਰ ਕੋਸ਼ਿਸ਼ ਕਰਾਂਗਾ ਪਟਿਆਲਾ ਜਾਖਲ ਰੇਲਵੇ ਲਾਈਨ ਜਿਹੜਾ ਪਟਿਆਲਾ ਸਮਾਣਾ ਦਾ ਇੱਕ ਪਬਲਿਕ ਕਾਲਜ ਹੈ, ਕਾਂਗਰਸ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਇਸ ਨੂੰ ਸਰਕਾਰੀ ਕਾਲਜ ਐਲਾਨ ਕਰਤਾ ਸੀ, ਨੋਟੀਫਿਕੇਸ਼ਨ ਕਰਤਾ, ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ, 35-35 ਹਜ਼ਾਰ ਫੀਸ ਗਰੀਬ ਆਦਮੀ ਨਹੀਂ ਭਰ ਸਕਦਾ, ਉਸ ਨੂੰ ਸਰਕਾਰ ਨੇ 2 ਸਾਲ ਹੋ ਗਏ। ਕੋਸ਼ਿਸ਼ ਕਰਾਂਗੇ ਜੀ ਕਿ ਸਰਕਾਰ ਜਿਹੜਾ ਕਾਲਜ ਸਰਕਾਰ ਆਪਣੇ ਹੱਥਾਂ 'ਚ ਲਵੇ ਤਾਂ ਕਿ ਗਰੀਬ ਬੱਚੇ ਪੜ੍ਹ ਸਕਣ। ਡਾਕਟਰ ਬਲਵੀਰ ਸਿੰਘ ਦਾ ਇਹ ਆਰੋਪ ਹੈ ਤੁਹਾਡੇ ਉੱਤੇ ਕਿ ਤੁਸੀਂ 800 ਕਰੋੜ ਦਾ ਇੱਕ ਹੋਸਪਿਟਲ ਬਣਾਉਣ ਜਾ ਰਹੇ ਹੋ ਪਟਿਆਲੇ ਦੇ ਅੰਦਰ, ਤੁਸੀਂ ਕੋਈ ਕੰਮ ਨਹੀਂ ਕਰੋਗੇ, ਉਹਨੂੰ ਕਹਦੇ ਦਿਖਾਵੇ ਕਿੱਥੇ 800 ਕਰੋੜ ਹੈਗਾ ਹੈ, ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ ਹੈਗਾ, ਸਗੋਂ ਆਪ ਮਿਨਿਸਟਰ ਬਣਾ ਰਹੇ ਪੈਸੇ, ਸਾਰੇ ਮਿਨਿਸਟਰ ਪੈਸੇ ਬਣਾ ਰਹੇ ਆ। ਡਾਕਟਰ ਬਲਵੀਰ ਸਿੰਘ ਦਾ ਇਹ ਆਰੋਪ ਹੈ ਤੁਹਾਡੇ ਉੱਤੇ ਕਿ ਤੁਸੀਂ 800 ਕਰੋੜ ਦਾ ਇੱਕ ਹੋਸਪਿਟਲ ਬਣਾਉਣ ਜਾ ਰਹੇ ਹੋ ਪਟਿਆਲੇ ਦੇ ਅੰਦਰ, ਤੁਸੀਂ ਕੋਈ ਕੰਮ ਨਹੀਂ ਕਰੋਗੇ, ਉਹਨੂੰ ਕਹਦੇ ਦਿਖਾਵੇ ਕਿੱਥੇ 800 ਕਰੋੜ ਹੈਗਾ ਹੈ, ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ ਹੈਗਾ, ਸਗੋਂ ਆਪ ਮਿਨਿਸਟਰ ਬਣਾ ਰਹੇ ਪੈਸੇ, ਸਾਰੇ ਮਿਨਿਸਟਰ ਪੈਸੇ ਬਣਾ ਰਹੇ ਆ। ਡਾਕਟਰ ਬਲਵੀਰ ਸਿੰਘ ਦਾ ਇਹ ਆਰੋਪ ਹੈ ਤੁਹਾਡੇ ਉੱਤੇ ਕਿ ਤੁਸੀਂ 800 ਕਰੋੜ ਦਾ ਇੱਕ ਹੋਸਪਿਟਲ ਬਣਾਉਣ ਜਾ ਰਹੇ ਹੋ ਪਟਿਆਲੇ ਦੇ ਅੰਦਰ, ਤੁਸੀਂ ਕੋਈ ਕੰਮ ਨਹੀਂ ਕਰੋਗੇ, ਉਹਨੂੰ ਕਹਦੇ ਦਿਖਾਵੇ ਕਿੱਥੇ 800 ਕਰੋੜ ਹੈਗਾ ਹੈ, ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ ਹੈਗਾ, ਸਗੋਂ ਆਪ ਮਿਨਿਸਟਰ ਬਣਾ ਰਹੇ ਪੈਸੇ, ਸਾਰੇ ਮਿਨਿਸਟਰ ਪੈਸੇ ਬਣਾ ਰਹੇ ਆ। ਬਹੁਤ ਵਧੀਆ ਰਿਸਪੋਂਸ ਮਿਲਦਾ ਜੀ, ਲੋਕ ਬੜੇ ਉਤਸ਼ਾਹ 'ਚ ਨੇ, ਬੜੇ ਸ਼ੌਕ ਨਾਲ ਮਿਲ ਰਹੇ ਨੇ, ਔਰ ਲੋਕਾਂ ਨੂੰ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਪੂਰਾ ਗੁੱਸਾ ਹੈਗਾ ਹੈ, ਮੋਦੀ ਦਫਾ ਕਰਨ ਜਾ ਰਹੇ ਪੰਜਾਬ ਦੇ ਲੋਕ। ਤੁਸੀਂ ਦੇਖੋਗੇ ਕਿ ਪੰਜਾਬ 'ਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਆਉਂਦੀ, ਜੋ ਸ਼੍ਰੀਮਤੀ ਪਨੀਤ ਕੌਰ ਨੇ ਜੋ ਕਾਂਗਰਸ ਦੀ ਪਿੱਠ ਛੁਰਾ ਮਾਰ ਕੇ ਜੋ ਭਾਜਪਾ ਦਾ ਪੱਲਾ ਫੜਿਆ ਹੈਗਾ ਹੈ, ਉਹ ਵੀ ਬੁਰੀ ਤਰ੍ਹਾਂ ਚੌਥੇ ਨੰਬਰ 'ਤੇ ਰਹਿਣ ਜਾ ਰਹੀ ਹੈਗੀ ਹੈ। ਸਾਡਾ ਕਾਂਗਰਸ ਦਾ ਇਹਨਾਂ ਤਿੰਨਾਂ ਪਾਰਟੀਆਂ ਕੋਈ ਮੁਕਾਬਲਾ ਨਹੀਂ, 1 ਲੱਖ ਦੀ ਲੀਡ ਤਾਂ ਹੈਗੀ ਹੈ, ਇਹ ਸਾਰੀਆਂ ਦੂਜੀ ਤੀਜੀ ਚੌਥੀ ਪੋਜੀਸ਼ਨ ਵਾਸਤੇ ਲੜ ਰਹੀਆਂ। ਬਾਕੀ ਮੁੱਦਾ ਕੀ ਹੈ ਤੁਹਾਡਾ ਹਲਕੇ ਦੇ ਲਈ? ਮੁੱਦਾ ਇਹ ਹੈ ਕਿ ਤੱਕ ਘੱਗਰ ਹੱਲ ਕਰਨੀ ਹੈ, ਇੱਕ ਚੰਡੀਗੜ੍ਹ ਤੋਂ ਰਾਜਪੁਰੇ ਰੇਲ ਲਿੰਕ ਸਾਬਤ ਕਰਨਾ ਹੈਗਾ, ਇੱਕ ਪਟਿਆਲੇ ਵੱਡੀ ਇੰਡਸਟਰੀ ਲੈ ਕੇ ਆਉਣੀ ਹੈਗੀ ਹੈ, ਔਰ ਇੱਕ ਪਟਿਆਲਾ ਜਿਹੜਾ ਪਟਿਆਲੇ ਤੋਂ ਸਰਹੰਦ ਦੀ ਸੜਕ ਹੈਗੀ ਹੈ ਉਹ ਚੌ ਮਾਰਗੀ ਕਰਨੀ ਹੈ। ਜਿਹੜਾ ਪਟਿਆਲਾ ਜਾਖਲ ਲੈਣ ਸੀ, ਇਹ ਪਰਨੀਤ ਕੌਰ ਕਹਿੰਦੀ ਹੈ ਵੀ ਸੈਂਟਰ ਨੇ ਪਾਸ ਨਹੀਂ ਕੀਤੀ, ਮੈਂ ਸਰਵੇ ਕਰਾਏ, ਇਸ 'ਤੇ ਤੁਸੀਂ 5 ਸਾਲ ਰਹੇ ਹੋ, ਤੁਸੀਂ ਉਸ ਦੌਰਾਨ ਮੈਂ ਸਰਵੇ ਨਹੀਂ ਕਰਾਇਆ, ਇਹ ਕਿਉਂਕਿ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਪਨੀਤ ਕੌਰ ਨੇ ਕੋਈ ਇਸ ਬਾਰੇ ਕੋਈ ਕੰਮ ਨਹੀਂ ਸੀ ਕੀਤਾ ਹੋਇਆ।
ਮੈਂ ਇਸ ਵਾਰ ਕੋਸ਼ਿਸ਼ ਕਰਾਂਗਾ ਪਟਿਆਲਾ ਜੱਕ ਰੇਲਵੇ ਲਾਈਨ ਜਿਹੜਾ ਪਟਿਆਲਾ ਸਮਾਣਾ ਦਾ ਇੱਕ ਪਬਲਿਕ ਕਾਲਜ ਹੈ, ਕਾਂਗਰਸ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਇਸ ਨੂੰ ਸਰਕਾਰੀ ਕਾਲਜ ਐਲਾਨ ਕਰਤਾ ਸੀ, ਨੋਟੀਫਿਕੇਸ਼ਨ ਕਰਤਾ। ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ, 35,000 ਫੀਸ ਗਰੀਬ ਆਦਮੀ ਨਹੀਂ ਭਰ ਸਕਦਾ, ਉਸ ਨੂੰ ਸਰਕਾਰ ਨੇ 2 ਸਾਲ ਹੋ ਗਏ। ਕੋਸ਼ਿਸ਼ ਕਰਾਂਗੇ ਜੀ ਕਿ ਸਰਕਾਰ ਜਿਹੜਾ ਕਾਲਜ ਸਰਕਾਰ ਆਪਣੇ ਹੱਥਾਂ 'ਚ ਲਵੇ ਤਾਂ ਕਿ ਗਰੀਬ ਬੱਚਿਆਂ ਦੇ ਬੱਚੇ ਪੜ੍ਹ ਸਕਣ। ਡਾਕਟਰ ਬਲਵੀਰ ਸਿੰਘ ਦਾ ਇਹ ਆਰੋਪ ਹੈ ਤੁਹਾਡੇ ਉੱਤੇ ਕਿ ਤੁਸੀਂ 800 ਕਰੋੜ ਦਾ ਇੱਕ ਹੋਸਪਿਟਲ ਬਣਾਉਣ ਜਾ ਰਹੇ ਹੋ ਪਟਿਆਲੇ ਦੇ ਅੰਦਰ, ਤੁਸੀਂ ਕੋਈ ਕੰਮ ਨਹੀਂ ਕਰੋਗੇ। ਉਹਨੂੰ ਕਹਿੰਦੇ ਦਿਖਾਵੇ ਕਿੱਥੇ 800 ਕਰੋੜ ਹੈਗਾ ਹੈ, ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ ਹੈਗਾ, ਸਗੋਂ ਆਪ ਮਿਨਿਸਟਰ ਬਣਾ ਰਹੇ ਪੈਸੇ, ਸਾਰੇ ਮਿਨਿਸਟਰ ਪੈਸੇ ਬਣਾ ਰਹੇ ਆ।